ਮੈਂ ਕਿਹਾ ਚਾਚੀ ਘਰੇ ਹੀ ਹੈ, ਐ ਨੀ ਪਤਾ ਲੱਗਦਾ ਘਰੇ ਹੈ ਵੀ ਕਿ ਨਹੀਂ। ਵੇ ਲੰਘਿਆ ਲੰਘਿਆ, ਹੋ ਗਿਆ ਵੇਲਾ ਤੇਰੇ ਲੱਸੀ ਪੀਣ ਦਾ। ਚਾਚੀ ਲੱਸੀ ਮੈਨੂੰ ਸਵਾਦ ਲੱਗਦੀ ਹੈ, ਤੈਨੂੰ ਪਤਾ ਮੈਂ ਲੱਸੀ ਕਿਉਂ ਪੀਂਦਾ? ਲੈ ਲੱਸੀ ਦੀ ਗੱਲ ਸੁਣ ਲੈ। ਇੱਕ ਦਿਨ ਮੇਰੀ ਬੇਬੇ ਕਹਿੰਦੀ, ਪੁੱਤ ਦੁੱਧ ਪੀਆ ਕਰ, ਦੁੱਧ ਪੀਣਾ ਦਿਮਾਗ ਵੱਧਦਾ। ਮੈਂ ਕਿਹਾ ਬੇਬੇ ਆਪਣੇ ਕੱਟੇ ਦਾ ਦਿਮਾਗ ਤਾਂ ਵਧਿਆ ਨਾ, ਉਹਦਾ ਕੰਧਾਂ ਨਾਲ ਟਕਰਾ ਮਾਰਦਾ ਫਿਰਦਾ, ਤੇ ਤੂੰ ਕਹਿੰਦੀ ਦੁੱਧ ਪੀਆ ਕਰ, ਤੇ ਮੈਨੂੰ ਕਹਿੰਦੀ ਟੁੱਟ ਪੈਣੇ ਆ, ਫਿਰ ਲੱਸੀ ਪੀ ਲਿਆ ਕਰ, ਤੇ ਹੁਣ ਤਾਂ ਮੈਂ ਲੱਸੀ ਪੀਣ ਲੱਗ ਪਿਆ, ਤੇ ਹੁਣ ਚਾਚੀ ਮੈਨੂੰ ਲੱਸੀ ਬਹੁਤ ਸਵਾਦ ਲੱਗਦੀ ਹੈ। ਚੰਗਾ ਚੰਗਾ ਬਹਿ ਜਾ ਫਿਰ, ਮੈਨੂੰ ਮੱਖਣ ਕੱਢ ਲੈਣ ਦੇ। ਤੂੰ ਜਿਹੜਾ ਕੁਝ ਕਰਨਾ ਕਰ ਲਾ, ਮੈਂ ਕਿਹੜਾ ਤੇਰਾ ਹੱਥ ਪਾਉਣ ਲੱਗਣਾ ਹੈ। ਮੈਂ ਤਾਂ ਲੱਸੀ ਪੀਣੀ ਹੈ ਤੇ ਉਹ ਮੈਂ ਛੱਡਣੀ ਨਹੀਂ। ਹਾਂ ਸੱਚੀ ਗੱਲ ਹੈ। ਖੈਰ ਚਾਚੀ ਇਹ ਗੱਲ ਹੈ, ਜਦੋਂ ਤੂੰ ਜਵਾਨ ਹੁੰਦੀ ਸੀ ਨਾ, ਤਾਂ ਤੇਰੀ ਜਵਾਨੀ ਦੀਆਂ ਵੀ ਪਿੰਡੇ ਧੁੰਮਾਂ ਪਈਆਂ ਵੀਆਂ ਸੀ। ਵੇ ਚੁੱਪ ਕਰ, ਬਾਲਾ ਨਾ ਬਕਿਆ ਕਰ। ਬੋਲਾ ਕਿੱਥੇ, ਓਏ ਇੱਥੇ ਕੀ ਕਰੀ ਜਾਨੀ ਹੋ? ਚੱਲ ਚੱਲੋ ਉੱਥੇ, ਸੁਣੋ ਮੈਂ ਸੁਣਾਉਣਾ ਤਰਦੇ ਤਰਦੇ ਜੇਰ। ਜਾਨੀ ਕਿੱਥੇ ਹੁਣ, ਸੁਣ ਕੇ ਜਾਈ? ਹਾਂ ਕਰਤੀ ਗੱਲ, ਲਾਉਣ ਸ਼ੇਰ ਇੱਕ ਹੋਰ ਅਰਜਾ ਸੁਣਾ। ਜੇ ਤੂੰ ਮੇਰੇ ਤੇ ਮਰਦੀ ਐ, ਜੇ ਤੂੰ ਮੇਰੇ ਤੇ ਮਰਦੀ ਐ, ਮੈਂ ਵੀ ਤੇਰੇ ਤੇ ਮਰਦਾ ਹਾਂ, ਪਰ ਮਿਲਣ ਵਾਸਤੇ ਕਿਵੇਂ ਆਵਾਂ, ਤੇਰੇ ਬਾਪੂ ਤੋਂ ਡਰਦਾ ਹਾਂ। ਇਹ ਸ਼ੇਰ ਤੁਸੀਂ ਆਪ ਹੀ ਲਿਖਿਆ? ਹੋਰ ਮੇਰੇ ਪਿਓ ਨੇ ਲਿਖਿਆ, ਮੈਂ ਆਪੇ ਹੀ ਲਿਖਿਆ। ਮੈਂ ਤਾਂ ਅਜੇ ਬਥੇਰੇ ਸ਼ੇਰ ਲਿਖਦਾ ਆਉਂਦਾ ਹੈਗਾ। ਪ੍ਰੋਫੈਸਰ ਆ ਗਏ, ਮੈਂ ਚੱਲਿਆ। ਓਏ ਪੱਪੂ, ਕਦੇ ਪੜ ਪੁੜ ਵੀ ਲਿਆ ਕਰ ਪੂਰਾ। ਪ੍ਰੋਫੈਸਰ ਮਾਫ ਕਰਨਾ, ਜਦੋਂ ਤੁਸੀਂ ਮੇਰੇ ਨਾਲ ਪੜ੍ਹਦੇ ਹੁੰਦੇ ਸੀ ਨਾ, ਤਾਂ ਤੁਹਾਨੂੰ ਇਹੀ ਗੱਲ ਮੈਂ ਕਹਿੰਦਾ ਹੁੰਦਾ ਸੀ ਵੀ ਕਾਕਾ ਪੜ੍ਹਿਆ ਕਰ, ਤੁਸੀਂ ਬਾਈ ਚਾਂਸ ਪੜ੍ਹਦੇ ਰਹੇ ਤੇ ਪ੍ਰੋਫੈਸਰ ਬਣ ਗਏ, ਤੇ ਅੱਜ ਸਾਡੀ ਬਿੱਲੀ ਸਾਨੂੰ ਮਿਓ। ਕਰਤੀ ਗੱਲ, ਸਾਨੂੰ ਸਮਝਾਉਂਦਾ। ਲੈ ਮੇਰੇ ਨਾਲ ਪੜ੍ਹਦਾ ਪੜ੍ਹਦਾ ਪ੍ਰੋਫੈਸਰ ਅੱਜ ਮੈਨੂੰ ਸਿੱਖਿਆ ਦਿੰਦਾ ਹੈ। ਗੱਲ ਨਹੀਂ ਬਾਤ ਨਹੀਂ ਵੀ ਮੈਂ ਜਿਹੜਾ 10 ਸਾਲ ਦਾ ਕਾਲਜ ਬੈਠਾ ਫੇਲ ਹੋਈ ਜਾਂਦਾ, ਇਹਦੇ ਵੀ ਰਾਜ ਹੈ? ਓਏ ਸਾਨੂੰ ਵੀ ਤਾਂ ਦੱਸ ਕੀ ਰਾਜ ਹੈ। ਓ ਤੁਸਾਂ ਮੈਨੂੰ ਇੰਨੀਆਂ ਪਿਆਰੀਆਂ ਲੱਗਦੀਆਂ, ਸੁਣਨੂੰ ਤਾਂ ਮੈਂ ਜ਼ਰੂਰ ਦੱਸੂਗਾ। ਓ ਪਿਆਰ ਵਾਰ ਛੱਡ, ਪਹਿਲਾਂ ਦੱਸ ਰਾਜ ਕੀ ਹੈ? ਰਾਜ ਇਹ ਹੈ ਵੀ ਮੇਰੀ ਜਨਮ ਕੁੰਡ 'ਚ ਲਿਖਿਆ ਹੈ ਵੀ ਤੇਰਾ ਵਿਆਹ ਕਾਲਜ ਪੜਦੇ ਪੜਦੇ ਦਾ ਹੋਊਗਾ। ਹੁਣ ਜਿੰਨਾ ਚਿਰ ਮੇਰਾ ਟਾਂਕਾ ਫਿੱਟ ਨਹੀਂ ਹੁੰਦਾ, ਮੈਂ ਕਾਲਜ ਕਿਵੇਂ ਛੱਡਾਂ? ਨਾ ਤੇਰੇ ਨਾਲ ਵਿਆਹ ਕਰਾਊਗਾ ਕੌਣ? ਪਰ ਮੇਰੇ ਨਾਲ ਕੋਈ ਆਪੇ ਕਰਾਊਗੀ, ਸੁਣਨੂੰ ਐਵੇਂ ਲੱਗਦਾ ਹੈ। ਤੁਸੀਂ ਮੇਰੇ ਵਾਸਤੇ ਕੋਈ ਨਾ ਕੋਈ ਲੱਭ ਦਿਓ। ਬੈਠਾ ਰਹੇ ਇੱਥੇ, ਲਿਆਨੀਆਂ ਲੱਭ ਕੇ। ਹੁਣ ਤੱਕ ਜਿਹੜੀਆਂ ਕੁੜੀਆਂ ਗਈਆਂ ਉਹ ਤਾਂ ਮੁੜ ਕੇ ਆਈਆਂ ਨੇ ਗੀਆਂ, ਹੁਣ ਸੋਨੂੰ ਦੇਖ ਲੈਣਾ ਕਿੰਨੇ ਕੁ ਪਾਣੀ ਚ ਆਪਾਂ ਤਾਂ ਬੈਠੇ ਆ।